ਕੈਨੇਡਾ ਦੀਆਂ ਫਲਾਈਟਾਂ ਦੀ ਗੱਲ ਕਰੀਏ ਤੇ ਕੈਨੇਡਾ ਦੀਆਂ ਜਿਹੜੀਆਂ ਫਲਾਈਟਾਂ ਨੇ ਇੰਡੀਆ ਤੋਂ ਫਿਲਹਾਲ ਬੰਦ ਨੇ ਬਟ ਕੈਨੇਡਾ ਨੇ ਕੁਝ ਹੋਰ ਅਨਾਊਂਸਮੈਂਟਾਂ ਕੀਤੀਆਂ ਨੇ ਜਿਸ ਅਨਾਉਂਸਮੈਂਟ ਨੂੰ ਅਸੀਂ ਵੇਖੀਏ ਤੇ ਕਾਫੀ ਜ਼ਿਆਦਾ ਹੋਰ ਕੰਟਰੀ ਨੇ ਜਿਨ੍ਹਾਂ ਦੀਆਂ ਫਲਾਈਟਾਂ ਓਪਨ ਸਨ ਬਟ ਕੈਨੇਡਾ ਨੇ ਸਤੰਬਰ ਦੇ ਵਿੱਚ ਟੋਟਲੀ ਇੰਨਾ ਕੰਟਰੀਆਂ ਦੇ ਉੱਤੇ ਬੈਨ ਲਾਹ ਰਿਹਾ ਵੇ ਉਹਨਾਂ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਕੰਟਰੀ ਉਹ ਵੀ ਅਫਰੀਕਾ ਦੀ ਕੰਟਰੀ ਏਥੋਪੀਆ ਏਥੋਪੀਆ ਤੇ 28 ਸਤੰਬਰ ਤੱਕਰਾ ਟੋਟਲੀ ਬੈਨ ਲੱਗ ਚੁੱਕਿਆ ਹੈ ਏਥੋਪੀਆ ਤੋਂ ਜਿਹੜੀਆਂ ਫਲਾਈਟਾਂ ਕੈਨੇਡਾ ਜਾਂਦੀਆਂ ਸਨ ਉਹਨਾਂ ਤੇ ਟੋਟਲੀ ਬੈਨ ਲੱਗ ਚੁੱਕਿਆ 28 ਸਤੰਬਰ ਤੱਕਰਾ ਤੇ ਜੇ ਕੋ ਵੀ ਏਥੋਪੀਆ ਦੇ ਵਿੱਚ ਪੰਜਾਬੀ ਵੀਰ ਪਾਕਿਸਤਾਨੀ ਇੰਡੀਅਨ ਵੀਰੇ ਤੇ ਉਹ ਅਸਤੋਪੀਆ ਤੂੰ ਓਨ ਫਲਾਈਟ ਨਹੀਂ ਲੈ ਸਕਦਾ 28 ਸਤੰਬਰ ਤੱਕ ਟੋਟਲੀ ਜਿਹੜੀਆਂ ਫਲਾਈਟਾਂ ਨੇ ਉਹ ਕੈਨਸਲ ਕਰ ਛੜੀਆਂ ਨੇ ਕੈਨੇਡਾ ਦੀ ਗਵਰਨਮੈਂਟ ਨੇ ਉਸ ਤੋਂ ਬਾਅਦ ਜਿਹੜਾ ਦੂਸਰਾ ਕੰਟਰੀ ਹੋਵੇ ਮੁਰਾਕੋ ਮੁਰਾਕੋ ਤੇ ਵੀ ਟੋਟਲੀ ਪਾਬੰਦੀਆਂ ਲਾ ਛਰੀਏ ਮੁਰਾਕੋ ਅਧੀਆਂ ਜਿੰਨੀਆਂ ਵੀ ਡਾਇਰੈਕਟ ਫਲਾਈਟਾਂ ਕੈਨੇਡਾ ਜਾਂਦੀਆਂ ਸੰ ਟੋਰਾਂਟੋ ਅਨਟੋਰੀਓ ਉਹਨਾਂ ਤੇ ਟੋਟਲੀ ਪਾਬੰਦੀ ਲਾ ਰਹੀਏ ਹੁਣ ਮੁਰਾਕੋ ਤੋਂ ਕੈਨੇਡਾ ਦੀਆਂ ਜਿਹੜੀਆਂ ਫਲਾਈਟਾਂ ਨੇ ਉਹ ਵੀ ਸਤੰਬਰ ਦੇ ਮਹੀਨੇ ਦੇ ਵਿੱਚ ਟੋਟਲੀ ਬੰਦ ਰਹਿਣਗੀਆਂ ਉਸ ਤੋਂ ਬਾਅਦ ਨਾਰਵੇ ਦੀ ਗੱਲ ਕਰਨੀ ਆ ਨਾਰਵੇ ਦੀਆਂ ਜਿੱਤੇ ਤਿੰਨ ਫਲਾਈਟਾਂ ਹਫ਼ਤੇ ਦੇ ਵਿੱਚ ਜਾਂਦੀਆਂ ਸਨ ਵੀਕ ਦੇ ਵਿੱਚ ਤਿੰਨ ਫਲਾਈਟਾਂ ਜਾਂਦੀਆਂ ਸਨ ਉਹਨਾਂ ਨੂੰ ਇੱਕ ਫਲਾਈਟ ਘਟਾ ਸ਼ਰੀ ਇੱਕ ਫਲਾਈਟ ਉਹਨਾਂ ਹਫ਼ਤੇ ਦੇ ਵਿੱਚ ਸਿਰਫ ਨਾਰਵੇ ਤੋਂ ਕੈਨੇਡਾ ਜਾਏ ਕਰੇਗੀ ਉਸ ਤੋਂ ਬਾਅਦ ਸਰਬੀਆ ਦੀ ਗੱਲ ਕਰੀਏ ਤਾਂ ਸਰਬੀਆ ਦੇ ਉੱਤੇ ਵੀ ਇੱਕ ਹਫ਼ਤੇ ਵਾਸਤੇ ਬੰਦੀ ਲਾਹ ਰਹੀ ਹੈ ਕਿ ਇੱਕ ਹਫ਼ਤੇ ਬਾਅਦ ਅਸੀਂ ਵੇਖਾਂਗੇ ਕਿ ਜਿੰਨੇ ਵੀ ਬੰਦੇ ਆਏ ਨੇ ਸਰਬੀਆ ਤੋਂ ਉਹਨਾਂ ਦਾ ਕਰੋਨਾ ਦਾ ਟੈਸਟਾਂ ਤੋਂ ਬਾਅਦ ਕੀ ਰਿਪੋਰਟ ਆਉਂਦੀ ਏ ਤਾਂ ਫਿਰ ਅਸੀਂ ਜਿਹੜਾ ਇਹਨਾਂ ਅਗਲੀ ਅਨਾਉਂਸਮੈਂਟ ਕਰਾਂਗੇ ਫਿਰ ਹਾਲ ਕੈਨੇਡਾ ਕਾਫੀ ਵੱਡੀਆਂ-ਵੱਡੀਆਂ ਕੰਟਰੀਆਂ ਤੇ ਪਾਬੰਦੀ ਲਾਣ ਲਿਆ ਆਵੇ ਤੇ ਜੇ ਕੋਈ ਵੀ ਇਹ ਸੋਚਣ ਡਿਆ ਵੇ ਕਿ ਇੰਡੀਆ ਤੋਂ ਪੰਦੀ ਲੱਤ ਜੇਗੀ ਮੈਨੂੰ ਅਜੇ ਲੱਗਦਾ ਕਿ ਇਹ ਪੰਦੀ ਜਿਹੜੀ ਹੋਰ ਥੋੜੀ ਜਿੰਨੀ ਵੱਧ ਜਾਵੇਗੀ ਕਿਉਂਕਿ ਕੈਨੇਡਾ ਹੋਰ ਵੱਡੇ-ਵੱਡੇ ਕੰਟਰੀਆਂ ਦੇ ਉੱਤੇ ਨਾਰਵੇ ਜਿਹੀ ਕੰਟਰੀ ਦੇ ਉੱਤੇ ਉਹਨਾਂ ਪਾਬੰਦੀ ਲਾ ਤਰੀ ਏ ਤੁਸੀਂ ਆਪੀ ਵੇਖ ਸਕਦੇ ਹੋ ਕਿ ਇੰਡੀਆ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਜਿਹੜੀਆਂ ਫਲਾਈਟਾਂ ਜਾਂਦੀਆਂ ਸਨ ਕੀ ਉਹਨੂੰ ਓਪਨ ਕਰਨਗੇ ਕਾਫੀ ਜ਼ਿਆਦਾ ਮੁਸ਼ਕਲ ਲੱਗਣ ਢਿਆਵੇ।